ਹੈਲੋ ਗਾਇਸ, ਵੈਲਕਮ ਟੂ ਪਾਠਸ਼ਾਲਾ। ਮੈਂ ਹਾਂ ਅਮਿਤ ਤੇ ਸਭ ਦਾ ਪਾਠਸ਼ਾਲਾ ਤੇ ਬਹੁਤ ਬਹੁਤ ਸਵਾਗਤ ਕਰਦਾ। ਸੋ ਅੱਜ ਹੈ 21 ਮਾਰਚ 2024, ਸਟੈਟਿਕ ਜੀਕੇ ਦੇ ਨਾਲ ਆਪਾਂ ਕਰੰਟ ਅਫੇਅਰਸ ਹਰ ਰੋਜ਼ ਪੜ੍ਹਦੇ ਹਾਂ। UPSC SSC ਸਟੇਟ ਐਗਜ਼ਾਮ ਹਰ ਇੱਕ ਐਗਜ਼ਾਮ ਲਈ ਇੰਪੋਰਟੈਂਟ। ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋ ਤੇ ਆਪਣੀ ਸਿਹਤ ਦਾ ਧਿਆਨ ਵਧੀਆ ਤਰੀਕੇ ਨਾਲ ਰੱਖ ਰਹੇ ਹੋ ਤੇ ਚੜ੍ਹਦੀ ਕਲਾ ਚੋਂ ਸਾਰੇ ਸਾਰੇ। ਸੋ ਸਟਾਰਟ ਕਰਦੇ ਹਾਂ ਅੱਜ ਦੇ ਇਸ ਟੌਪਿਕ ਨੂੰ ਥੋੜ੍ਹਾ ਜਿਹਾ ਹਿੰਦੀ ਵਰਜਨ ਦੇ ਵਿੱਚ। ਅੱਜ ਮੋਟੀਵੇਸ਼ਨ ਕੋਟ ਹੈ, ਸੋ ਧਿਆਨ ਨਾਲ ਸੁਣਿਓ। ਜੋ ਬਾਹਰ ਕੀ ਸੁਣਦਾ ਹੈ ਉਹ ਬਿਖਰ ਜਾਂਦਾ ਹੈ, ਜੋ ਭੀਤਰ ਕੀ ਸੁਣਦਾ ਹੈ ਉਹ ਸਬਰ ਜਾਂਦਾ ਹੈ। ਕਹਿਣਾ ਮਤਲਬ ਲੋਕਾਂ ਦੀ ਟੈਨਸ਼ਨ ਨਹੀਂ ਲੈਣੀ, ਲੋਕਾਂ ਦੀ ਪਰਵਾਹ ਨਹੀਂ ਕਰਨੀ, ਸਿਰਫ ਜੋ ਤੁਸੀਂ ਚਾਹੁੰਦੇ ਹੋ, ਸਿਰਫ ਤੁਸੀਂ ਉਹ ਕਰਨਾ, ਆਪਣੀ ਫੈਮਿਲੀ ਜੋ ਜਾਂਦੀ ਹੈ ਸਿਰਫ ਉਹ ਕਰਨਾ, ਤੇ ਸਟੈਪ ਬਾਏ ਸਟੈਪ ਕਿਸੇ ਵੀ ਚੀਜ਼ ਨੂੰ ਕਰੋਗੇ ਸਫਲਤਾ ਬਹੁਤ ਨੇੜੇ ਆ ਤੁਹਾਡੀ। ਆਈ ਹੋਪ ਸਮਝ ਗਿਆ। ਤੇ ਡਿਸਕਸ਼ਨ ਆਫ ਲਾਸਟ ਦੇ ਕੁਐਸਚਨ, ਲਾਸਟ ਦਿਨ ਜਿਹੜਾ ਕੁਐਸਚਨ ਪੁੱਛਿਆ ਸੀ ਉਹਦੇ ਬਾਰੇ ਡਿਸਕਸ਼ਨ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਕੁਐਸਚਨ ਕੀ ਸੀ ਜੀ, ਨੈਸ਼ਨਲ ਵੈਕਸੀਨੇਸ਼ਨ ਡੇ ਦੀ ਥੀਮ, ਇਸ ਬਾਰ ਦੀ ਜਿਹੜੀ ਥੀਮ ਹੈ ਉਹ ਮੈਂ ਪੁੱਛੀ ਸੀ, ਕਾਫੀ ਬੱਚਿਆਂ ਨੇ ਉਹਦਾ ਆਨਸਰ ਵੀ ਦਿੱਤਾ। ਤੋ ਰਾਸ਼ਟਰੀ ਟੀਕਾਕਰਨ ਦਿਵਸ 2024 ਦੀ ਥੀਮ ਕੀ ਸੀ? ਸੋ ਆਨਸਰ ਆ ਜਾਊਗਾ ਵੈਕਸੀਨੇਸ਼ਨ ਫੋਰ ਆਲ, ਵਰਕ ਫੋਰ ਆਲ। ਵੈਕਸੀਨੇਸ਼ਨ ਹੈ ਜਿਹੜੀ ਉਹ ਸਾਰਿਆਂ ਵਾਸਤੇ ਕੰਮ ਕਰਦੀ ਹੈ। ਸੋ ਇੱਥੇ ਥੋੜਾ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਕਿ ਹਾਈਲਾਈਟ ਕੀ ਕਰਦਾ ਹੈ ਇਹ ਦਿਨ, ਕਿ ਇਹ ਜਿਹੜੀ ਆਪਣਾ ਵੈਕਸੀਨੇਸ਼ਨ ਆ ਉਹ ਸੇਫ ਆ ਤੇ ਇਫੈਕਟਿਵ ਆ ਤੇ ਜ਼ਰੂਰੀ ਵੀ ਹੈ। ਕਾਹਦੇ ਵਾਸਤੇ? ਸਾਰੇ ਹਿਊਮਨ ਲਾਈਫਸ ਵਾਸਤੇ। ਸੋ ਹਿਊਮਨ ਲਾਈਫਸ ਵਾਸਤੇ ਵੈਕਸੀਨੇਸ਼ਨ ਸੇਫ ਹੈ ਤੇ ਇਫੈਕਟਿਵ ਹੈ, ਉਹ ਇਹ ਥੀਮ ਹੈ ਜਿਹੜੀ ਉਹ ਕੰਮ ਆਉਂਦੀ ਹੈ। ਸੋ ਇਹ ਸੀਗਾ ਜੀ ਕੱਲ੍ਹ ਦਾ ਆਨਸਰ। ਤਾਂ ਕਾਫੀ ਬੱਚਿਆਂ ਨੇ ਉਹਦਾ ਆਨਸਰ ਦਿੱਤਾ, ਜਿੱਦਾਂ ਹੈਰੀ ਨੇ ਆਨਸਰ ਦਿੱਤਾ, ਰਾਈਟ? ਸੋ ਬਿਲਕੁਲ ਸਹੀ ਆਨਸਰ ਆ ਗਿਆ। ਐਂਡ ਉਹਦੇ ਵਿੱਚ ਜੇ ਆਪਾਂ ਗੱਲ ਕਰੀਏ, ਮਾਨ ਕੌਰ ਨੇ ਆਨਸਰ ਦਿੱਤਾ ਬਿਲਕੁਲ ਸਹੀ, ਐਂਡ ਕਰਮੀ ਪਰਿਵਾਰ ਨੇ ਬਿਲਕੁਲ ਸਹੀ ਆਨਸਰ ਦਿੱਤਾ। ਸੋ ਆਈ ਹੋਪ ਸਭ, ਬਾਕੀ ਸਭ ਨੇ ਵੀ, ਕਾਫੀ ਬੱਚੇ ਨੇ ਆਨਸਰ ਦੇ ਚੁੱਕੇ ਨੇ, ਕਿਉਂਕਿ ਇਨ ਬਿਟਵੀਨ ਮੈਂ ਕਾਫੀ ਸਾਰੇ ਕੁਐਸਚਨਸ ਪੁੱਛੇ ਸੀ, ਉਹਨਾਂ ਦੇ ਆਨਸਰ ਸਾਹਮਣੇ ਲਿਖੇ ਗਏ ਨੇ। ਤੇ ਨੈਕਸਟ ਗੱਲ ਕਰਦੇ ਹਾਂ ਆਪਾਂ ਵਰਲਡ ਓਰਲ ਹੈਲਥ ਡੇ। ਸੋ ਜਿਹੜਾ ਮਾਊਥ ਹੁੰਦਾ ਹੈ, ਦੰਦ ਹੁੰਦੇ ਨੇ, ਕੈਵਿਟੀ ਹੁੰਦੀ ਹੈ ਲਾਈਕ, ਤੋ ਉਹਦੇ ਰਿਲੇਟਡ ਵਰਲਡ ਓਰਲ ਹੈਲਥ ਡੇ ਜਿਹੜਾ ਹੈ ਉਹ 20 ਮਾਰਚ ਨੂੰ ਮਨਾਇਆ ਜਾਂਦਾ। ਸੋ ਇੱਕ ਚੀਜ਼ ਇੰਪੋਰਟੈਂਟ ਕੁਐਸਚਨ ਤੁਹਾਡੇ ਲਈ ਪੁੱਛਣਾ ਕਿ 20 ਮਾਰਚ ਨੂੰ ਇੱਕ ਹੋਰ ਇੰਪੋਰਟੈਂਟ ਡੇ ਹੈ ਜਿਹੜਾ ਮਨਾਇਆ ਜਾਂਦਾ 20 ਮਾਰਚ ਨੂੰ, ਤਾਂ ਆਨਸਰ ਤੁਸੀਂ ਦੱਸਣਾ ਕਮੈਂਟ ਸੈਕਸ਼ਨ 'ਚ, ਰਾਈਟ? ਸੋ ਵਰਲਡ ਓਰਲ ਡੇ 20 ਮਾਰਚ ਨੂੰ ਸਪਰੈਡ ਕਰਦਾ ਹੈ, ਅਵੇਅਰਨੈਸ ਫੈਲਾਉਂਦਾ ਹੈ ਓਰਲ ਹੈਲਥ ਵਾਸਤੇ। ਇਟਸ ਇੰਟਰੀਕੇਟ ਲਿੰਕ ਵਿਦ ਓਵਰਆਲ ਹੈਲਥ, ਕਿਉਂਕਿ ਜਿਹੜਾ ਮੂੰਹ ਹੈ, ਮੂੰਹ ਤੁਹਾਡਾ ਮਾਊਥ ਹੈ ਜਿਹੜਾ, ਉਹਦੀ ਸਮੱਸਿਆ ਹੀ ਪੂਰੇ ਪੂਰੀ ਬਾਡੀ ਦੀ ਸਮੱਸਿਆ ਬਣ ਜਾਂਦੀ ਹੈ ਕਈ ਵਾਰੀ, ਠੀਕ ਹੈ? ਕਿਉਂਕਿ ਇਸੇ ਨਾਲ ਹੀ ਆਪਾਂ ਖਾਣਾ ਖਾਣਾ, ਇਸੇ ਨੂੰ ਆਪਾਂ ਸਾਫ਼ ਰੱਖਣਾ। ਸੋ 20 ਮਾਰਚ ਦਾ ਦਿਨ ਜਿਹੜਾ ਹੈ ਓਰਲ ਹੈਲਥ ਡੇ ਨੂੰ ਦਿੱਤਾ ਗਿਆ ਹੈ ਜਾਗਰੂਕਤਾ ਫੈਲਾਉਣ ਵਾਸਤੇ। ਦਿਸ ਵਾਜ਼ ਦਾ ਫਰਸਟ ਸੈਲੀਬ੍ਰੇਟਿਡ ਔਨ 12 ਸਤੰਬਰ। ਸੋ ਇਹ 12 ਸਤੰਬਰ ਨੂੰ ਪਹਿਲੀ ਵਾਰੀ 2007 ਦੇ ਵਿੱਚ ਮਨਾਇਆ ਗਿਆ ਸੀਗਾ, ਜਿਸ ਦਿਨ ਆਪਾਂ ਕਹਿੰਦੇ ਹਾਂ ਕਿ ਵਰਲਡ ਡੈਂਟਲ ਫੈਡਰੇਸ਼ਨ ਦੇ ਜਿਹੜੇ ਫਾਊਂਡਰ ਨੇ ਡਾਕਟਰ ਚਾਰਲਸ ਗੋਡਨ, ਸੋ ਡਾਕਟਰ ਚਾਰਲਸ ਗੋਡਨ ਦਾ ਜਿਹੜਾ ਆ ਉਹ ਬਰਥ ਡੇ ਨੂੰ ਸੈਲੀਬ੍ਰੇਟ ਕਰਦੇ ਹਾਂ ਆਪਾਂ, 12 ਸਪਟੰਬਰ ਨੂੰ ਮਨਾਇਆ ਗਿਆ। ਓਰਲ ਡਿਸੀਜ਼ ਦੈਟ ਆਰ ਹਾਈਲੀ ਪ੍ਰੀਵੈਂਟੇਬਲ ਅਫੈਕਟ 3.5 ਬਿਲੀਅਨ ਪੀਪਲ ਆਲ ਓਵਰ ਦਾ ਵਰਲਡ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇੰਨੇ ਲੋਕਾਂ ਨੂੰ ਆਹ ਪ੍ਰੋਬਲਮਸ ਨੇ ਜਿਹੜੀਆਂ ਬਿਮਾਰੀਆਂ ਲੋਕਾਂ ਦੀਆਂ ਸਿਹਤ ਬਹੁਤ ਤਰੀਕੇ ਨਾਲ ਖਰਾਬ ਕਰ ਸਕਦੀਆਂ। ਮੋਸਟ ਕਾਮਨਲੀ ਓਰਲ ਡਿਸੀਜ਼ ਕੀ ਨੇ? ਕੈਵਿਟੀ, ਦੰਦਾਂ ਦਾ ਖਤਮ ਹੋਣਾ ਅੰਦਰੋਂ ਅੰਦਰੀ, ਮੂੰਹ ਦੀਆਂ ਬਿਮਾਰੀਆਂ ਹੋਣੀਆਂ। ਸੋ ਉਹ ਬਹੁਤ ਭਿਆਨਕ ਬਿਮਾਰੀ ਹੈ। 3.5 ਬਿਲੀਅਨ ਲੋਕ ਜੇ ਆਪਾਂ ਗੱਲ ਕਰੀਏ ਵਰਲਡ ਦੇ ਵਿੱਚ, WHO ਦੇ ਅਕੋਰਡਿੰਗਲੀ ਇੰਨੇ ਲੋਕਾਂ ਨੂੰ ਇਹ ਬਿਮਾਰੀ ਹੈ। ਨੈਕਸਟ ਆ ਗਿਆ ਥੋੜਾ ਜਿਹਾ ਇੰਟਰਸਟਿੰਗ ਜਿਹਾ ਅਲੱਗ ਜਿਹਾ ਕੁਐਸਚਨ ਹੈ ਕਿ ਕੈਫੇ ਹੈ ਇੱਕ ਆਯੁਰਵੇਦਿਕ ਪਹਿਲਾ ਕੈਫੇ। ਅੱਜ ਕੱਲ੍ਹ ਤੁਹਾਨੂੰ ਪਤਾ ਕਿ ਕੈਫੇਜ਼ ਕਿੱਦਾਂ ਦੇ ਹੁੰਦੇ ਨੇ, ਪੀਜ਼ਾ ਬਰਗਰ, ਰਾਈਟ? ਸੋ ਪੀਜ਼ਾ ਬਰਗਰ ਜਿਹੜੀ ਕਿ ਸਾਡੇ ਸਿਹਤ ਲਈ ਥੋੜ੍ਹੇ ਜਿਹੇ ਕਹਿ ਸਕਦੇ ਹਾਂ ਕਿ ਖਰਾਬ, ਠੀਕ ਹੈ? ਸੋ ਇੰਡੀਆਜ਼ ਫਸਟ ਆਯੁਰਵੇਦਿਕ ਕੈਫੇ ਓਪਨ ਇਨ ਦਿੱਲੀ। ਸੋ ਦਿੱਲੀ ਦੇ ਵਿੱਚ ਖੋਲਿਆ ਗਿਆ ਪਹਿਲਾ ਆਯੁਰਵੇਦਿਕ ਕੈਫੇ, ਠੀਕ ਹੈ?
ਦੇਖਦੇ ਹਾਂ। ਮਹਾਰਿਸ਼ੀ ਆਯੁਰਵੈਦਿਕ ਹਸਪੀਟਲ ਹੈ ਜੋ ਕਿ ਸ਼ਾਲੀਮਾਰ ਬਾਗ ਦਿੱਲੀ ਦੇ ਵਿੱਚ ਲੋਕੇਟਡ ਹੈ। ਉੱਥੇ ਉਹਨਾਂ ਨੇ ਹੈਡਲਾਈਨਸ ਬਣੀ ਹੈ ਕਿ ਉਹਨਾਂ ਨੇ ਰੈਸਟੋਰੈਂਟ ਇੱਕ ਖੋਲਿਆ, ਕਿਚਨ ਇੱਕ ਖੋਲਿਆ ਜਿਹਦਾ ਨਾਮ ਹੈ ਸੋਮਾ ਦ ਆਯੁਰਵੈਦਿਕ ਕਿਚਨ। ਸੋ ਫਸਟ ਆਯੁਰਵੈਦਿਕ ਕਿਚਨ ਇਨ ਇੰਡੀਆ ਹੋ ਗਿਆ। ਫਸਟ ਹੁੰਦਾ ਹੈ ਜੋ ਵੀ ਚੀਜ਼ ਉਹ ਇੰਪੋਰਟੈਂਟ ਹੁੰਦੀ ਹੈ ਕਿਤੇ ਵੀ ਕਿਸੇ ਪੇਪਰ ਦੇ ਲਈ, ਠੀਕ ਹੈ। ਸੋ ਐਟ ਸੋਮਾ ਦ ਆਯੁਰਵੈਦਿਕ ਕਿਚਨ ਦ ਫੂਡ ਇਜ਼ ਕਸਟਮਾਈਜ਼ਡ ਅਕੋਰਡਿੰਗ ਟੂ ਦ ਵਿਜ਼ਿਟਰਸ ਹੈਲਥ। ਸੋ ਅਕੋਰਡਿੰਗ ਟੂ ਦੇਅਰ ਹੈਲਥ, ਜੋ ਵੀ ਕੋਈ ਵਿਜ਼ਿਟਰ ਆਇਆ, ਜੋ ਵੀ ਕਸਟਮਰ ਆਇਆ, ਉਸ ਅਕੋਰਡਿੰਗਲੀ ਉਹਨੂੰ ਕਸਟਮਾਈਜ਼ ਕੀਤਾ ਜਾਂਦਾ, ਠੀਕ ਹੈ ਜੀ। ਜੋ ਵੀ ਫੂਡ ਹੋਊਗਾ ਜਿੱਦਾਂ ਦਾ ਉਹ ਚਾਹੁੰਦੇ ਨੇ ਉਦਾਂ ਦਾ ਫੂਡ ਬਣਾਇਆ ਜਾਂਦਾ। ਲੇਕਿਨ ਜਿੱਦਾਂ ਸਪੋਜ਼ ਕਰੋ ਪਾਓ ਭਾਜੀ ਦੀ ਗੱਲ ਕਰਦੇ ਹਾਂ, ਸੋ ਪਾਓ ਭਾਜੀ ਥੋੜ੍ਹੀ ਜਿਹੀ ਇੱਕ, ਮੈਂ ਪਹਿਲਾਂ ਵੀ ਪਾਓ ਭਾਜੀ ਦੀ ਗੱਲ ਕੀਤੀ ਸੀ, ਲੇਕਿਨ ਇਹ ਪਾਓ ਭਾਜੀ ਕਿੱਦਾਂ ਦੀ ਹੈ, ਇਹ ਅਨੀਅਨ ਤੇ ਗਾਰਲਿਕ ਤੋਂ ਬਿਨਾਂ ਬਣਾਈ ਜਾਊਗੀ। ਆਈ ਹੋਪ ਤੁਸੀਂ ਸਮਝ ਪਾਓ। ਸੋ ਨੈਕਸਟ ਗੱਲ ਕਰਦੇ ਹਾਂ, ਦਾ ਇੰਡੀਅਨ ਆਰਮੀ ਹੈ ਸੈਟ ਅਪ ਸਪੈਸ਼ਲ ਯੂਨਿਟ ਜਿਹਦਾ ਨਾਮ ਕੀ ਹੈ, ਸਟੇਕ STEAG ਭਾਰਤ ਫੌਜ ਨੇ ਇੱਕ ਵਿਸ਼ੇਸ਼ ਯੂਨਿਟ ਦੀ ਸਥਾਪਨਾ ਕੀਤੀ। ਉਹ ਯੂਨਿਟ ਦਾ ਨਾਮ ਕੀ ਹੈ, STEAG। ਸੋ ਕੀ ਹੈ STEAG? ਸਿਗਨਲਸ ਟੈਕਨੋਲੋਜੀ ਐਵੋਲਿਊਸ਼ਨ ਅਡੈਪਸ਼ਨ ਗਰੁੱਪਸ। ਸੋ ਧਿਆਨ ਨਾਲ ਸੁਣਿਓ, ਸਿਗਨਲਸ ਟੈਕਨੋਲੋਜੀ ਐਵੋਲਿਊਸ਼ਨ ਐਂਡ ਅਡੈਪਸ਼ਨ ਗਰੁੱਪਸ। ਸੋ ਫੋਕਸ ਇਜ ਔਨ ਅਡਵਾਂਸਿੰਗ ਡਿਫੈਂਸ ਵਿਦ AI, ਆਰਟੀਫਿਸ਼ਲ ਇੰਟੈਲੀਜੈਂਸ, 5G 6G ਐਂਡ ਕੁਆਂਟਮ ਟੈਕਨੋਲੋਜੀ, ਇਨਹਾਂਸਿੰਗ ਦ ਕਮਿਊਨੀਕੇਸ਼ਨ ਸਿਸਟਮ। ਸੋ ਕਮਿਊਨੀਕੇਸ਼ਨ ਨੂੰ ਵਧੀਆ ਬਣਾਉਣ ਵਾਸਤੇ 5G, AI, 6G, ਕੁਆਂਟਮ ਟੈਕਨੋਲੋਜੀਸ ਜਾਂ ਹੋਰ ਵਧੀਆ ਲੈਵਲ ਦੀ ਕਮਿਊਨੀਕੇਸ਼ਨ ਸਕੀਮਸ ਨੇ ਜਿਹੜੀਆਂ ਜਾਂ ਸਿਸਟਮਸ ਨੇ, ਉਹਨਾਂ ਵੱਲ ਇਹ ਕੇਂਦਰਿਤ ਕਰਦਾ ਹੈ, ਇਹ ਜੋ ਇੱਕ ਇੱਕ ਯੂਨਿਟ ਹੈ। ਉਸ ਤੋਂ ਬਾਅਦ ਇਹਦਾ ਮੇਨ ਏਮ ਕੀ ਹੈ, ਟੂ ਡਿਵੈਲਪ ਐਂਡ ਅਡੈਪਟ ਵਾਇਰਡ ਔਰ ਵਾਇਰਲੈਸ ਟੈਕਨੋਲੋਜੀ, ਚਾਹੇ ਉਹ ਵਾਇਰ ਵਾਲੀਆਂ ਹੋਣ ਚਾਹੇ ਉਹ ਬਿਨਾਂ ਵਾਇਰ ਵਾਲੀਆਂ ਹੋਣ, ਟੈਕਨੋਲੋਜੀ ਡਿਵੈਲਪ ਕਰੀ ਜਾਊਗੀ, ਇੰਕਲੂਡਿੰਗ ਸੋਫਟਵੇਅਰ ਡਿਫਾਈਨਡ ਰੇਡੀਓਜ਼, ਇਲੈਕਟ੍ਰੋਨਿਕ ਵਾਰਫੇਅਰ ਸਿਸਟਮਸ, 5G 6G ਨੈਟਵਰਕਸ, AI ਮਸ਼ੀਨ ਲਰਨਿੰਗ, ਠੀਕ ਹੈ। ਸੋ ਮੇਨ ਕੁਐਸਚਨ ਇਹਦੇ ਵਿੱਚੋਂ ਬਣਿਆ, ਚੀਫ ਆਫ ਆਰਮੀ ਸਟਾਫ, ਸੋ ਜਨਰਲ ਮਨੋਜ ਪਾਂਡੇ, ਜਨਰਲ ਮਨੋਜ ਪਾਂਡੇ ਇਜ਼ ਦਾ ਚੀਫ ਆਫ ਆਰਮੀ ਸਟਾਫ। ਨੈਕਸਟ ਆ ਗਿਆ PAG। PAG ਕੰਪਨੀ ਆ, ਆਈ ਹੋਪ ਤੁਸੀਂ ਸਾਰਿਆਂ ਨੇ PAG ਸ਼ਾਇਦ ਦੇਖਿਆ ਨਾ ਹੋਵੇ ਕਿਤੇ, ਅਗਰ ਦੇਖਿਆ ਤਾਂ ਵਧੀਆ ਗੱਲ ਹੈ, ਅਗਰ ਨਹੀਂ ਦੇਖਿਆ ਤਾਂ ਜਿੱਦਾਂ ਵੀ ਤੁਹਾਡੇ ਪ੍ਰੋਡਕਟਸ ਹੁੰਦੇ ਨੇ, ਲਾਈਕ ਬਹੁਤ ਸਾਰੇ ਪ੍ਰੋਡਕਟਸ ਹੁੰਦੇ ਨੇ ਖਾਣ ਪੀਣ ਵਾਲੇ, ਤਾਂ ਉਹਨਾਂ ਦੇ ਵਿੱਚ PAG ਲਿਖਿਆ ਹੁੰਦਾ, ਠੀਕ ਹੈ। ਸੋ PAG ਇੱਕ ਕੰਪਨੀ ਹੈ ਜਿਹਦੇ CEO ਕੌਣ ਬਣ ਚੁੱਕੇ ਨੇ, ਵੈਂਕਟਾ ਸੁਬਰਮਨਿਅਮ, ਰਾਈਟ। ਸੋ ਇਹਨਾਂ ਨੂੰ CEO ਨਿਯੁਕਤ ਕੀਤਾ ਗਿਆ। ਕੁਮਾਰ ਵੈਂਕਟਾ ਸੁਬਰਮਨਿਅਮ ਇਜ਼ ਅ CEO, ਵਿਲ ਟੇਕ ਇਫੈਕਟ ਫਰੋਮ 1 ਮਈ 2024 ਤੋਂ ਇਹਨਾਂ ਨੇ ਚਾਰਜ ਲੈਣਾ। ਹੁਣ ਦੀ ਆਪਾਂ ਗੱਲ ਕਰੀਏ ਤਾਂ LB ਵਿਦਾਇਨ ਨਾਥ ਕੁਮਾਰ ਇਸ ਕਰੰਟਲੀ ਜਿਹੜੇ ਨੇ ਇਹ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ CEO ਵਜੋਂ ਕੰਮ ਕਰ ਰਹੇ ਨੇ PEG ਬਿਜ਼ਨਸ ਦੇ ਵਿੱਚ, ਲੇਕਿਨ ਹੁਣ ਉਸ ਤੋਂ ਬਾਅਦ ਇਹ ਕੀ ਕਰਨਗੇ, CEO ਬਣਨ ਵਾਲੇ ਨੇ ਵੈਂਕਟਾ ਸੁਬਰਮਨਿਅਮ ਕੁਮਾਰ, ਠੀਕ ਹੈ। ਇਹ PNG ਕੰਪਨੀ ਦੇ ਮਾਡਲ, ਠੀਕ ਹੈ। ਸੋ ਇਹਨਾਂ ਦਾ ਜਿਹੜਾ ਪਿਛੋਕੜ ਹੈ, ਮਤਲਬ ਲਾਈਕ ਇਹਨਾਂ ਦਾ ਜਿਹੜਾ ਬੇਸ ਦੀ ਗੱਲ ਕਰੀਏ ਤਾਂ ਉਹ ਵੀ ਇੱਕ ਸਾਬਕਾ ਵਿਦਿਆਰਥੀ ਰਹਿ ਚੁੱਕੇ ਨੇ ਇਹ, ਠੀਕ ਹੈ। ਇਸ ਟੀਮ ਦੇ ਸੇਲਸ ਟੀਮ ਵਿੱਚ PNG ਦੇ ਨਾਲ ਯਾਤਰਾ ਆਪਣੀ ਜਿਹੜੀ ਸ਼ੁਰੂ ਕਰ ਚੁੱਕੀ ਸੀ ਇਹਨਾਂ ਨੇ 2000 ਦੇ ਵਿੱਚ ਕੀਤੀ ਸੀ, ਠੀਕ ਹੈ। ਨੈਕਸਟ ਆ ਗਿਆ ਰਾਮਨਾਥ ਗੋਇੰਕੇ ਅਵਾਰਡ। ਸੋ ਰਾਮਨਾਥ ਗੋਇੰਕੇ ਅਵਾਰਡ ਜਿਹੜੇ 2024 ਦਾ, ਉਹ ਫੀਲਡ ਆਫ ਜਰਨਲਿਜ਼ਮ ਨਾਲ ਲਿੰਕਡ ਹੈ, ਠੀਕ ਹੈ। ਸੋ ਇਹ ਅਵਾਰਡ ਕਿੱਥੇ ਕਿੱਥੇ ਦਿੱਤੇ ਗਏ, ਇਨਵਾਇਰਮੈਂਟ ਐਂਡ ਸਾਇੰਸ ਦੀ ਕੈਟੇਗਰੀ ਦੇ ਵਿੱਚ ਜੈ ਸ਼੍ਰੀ, ਹਿੰਦੁਸਤਾਨ ਟਾਈਮਸ ਨੂੰ ਦਿੱਤਾ ਗਿਆ। ਰਿਪੋਰਟਿੰਗ ਔਨ ਗਵਰਨਮੈਂਟ ਐਂਡ ਪੋਲੀਟੀਕਲ ਕੈਟੇਗਰੀਜ਼, ਰਿਤਿਕਾ ਚੋਪੜਾ ਨੂੰ ਦਿੱਤਾ ਹੈ ਜੀ, ਇੰਡੀਅਨ ਐਕਸਪ੍ਰੈਸ ਨਾਲ ਬਿਲੋਂਗ ਕਰਦੇ ਨੇ। ਪ੍ਰਿੰਟ ਕੈਟੇਗਰੀ ਦੇ ਵਿੱਚ ਕੀਮਤੀ ਦੁਬੇ ਜੀ ਨੂੰ ਮਿਲਿਆ, BBC ਹਿੰਦੀ ਦੇ ਨਾਲ ਲਿੰਕ ਨੇ ਦਿਸ ਅਵਾਰਡ। ਇਸ ਇਹਦੇ ਵਿੱਚ 13 ਕੈਟੇਗਰੀ ਸੀਗੀਆਂ, ਜਰਨਲਿਜ਼ਮ, ਸਪੋਰਟਸ, ਪੋਲੀਟਿਕਸ,
ਗਵਰਨੈਂਸ ਬੁੱਕਸ ਫੀਚਰ ਰਾਈਟਿੰਗ ਐਂਡ ਰੀਜਨਲ ਲੈਂਗੁਏਜ ਇਨ ਦ ਪ੍ਰਿੰਟਸ ਡਿਜੀਟਲ ਐਂਡ ਬ੍ਰੋਡਕਾਸਟ ਸੋ ਹਾਈਐਸਟ ਅਵਾਰਡ ਇਨ ਜਰਨਲਿਜ਼ਮ ਕੀ ਹੈ ਜੇ ਕੋਈ ਵੀ ਪੁੱਛੇ ਕੁਸ਼ਚਨ ਤਾਂ ਉਹਦਾ ਆਂਸਰ ਆਊਗਾ ਪੁਲਿਟਜ਼ਰ ਪ੍ਰਾਈਜ਼ ਪੁਲਿਟਜ਼ਰ ਸੋ ਪੁਲਿਟਜ਼ਰ ਪੁਰਸਕਾਰ ਹੈ ਜਿਹੜਾ ਉਹ ਹਾਈਐਸਟ ਅਵਾਰਡ ਹੈ ਜਰਨਲਿਜ਼ਮ ਦੇ ਵਿੱਚ ਹਾਂਜੀ ਹੁਣ ਇੰਪੋਰਟੈਂਟ ਨਿਊਜ਼ ਤੇ ਖਤਰਨਾਕ ਨਿਊਜ਼ ਵੀ ਹੈ ਸੋ ਵਰਲਡ ਏਅਰ ਕੁਆਲਿਟੀ ਰਿਪੋਰਟ ਸੋ ਵਰਲਡ ਦੇ ਵਿੱਚ ਜੇ ਆਪਾਂ ਏਅਰ ਦੀ ਗੱਲ ਕਰੀਏ ਹਵਾ ਦੀ ਗੱਲ ਆਪਾਂ ਕਰਦੇ ਹਾਂ ਤਾਂ ਉੱਥੇ ਇੰਡੀਆ ਦਾ ਕਿੰਨਵਾਂ ਨੰਬਰ ਹੈ ਦਿੱਲੀ ਦਾ ਕਿੰਨਵਾਂ ਨੰਬਰ ਹੈ ਵਰਲਡ ਦੇ ਵਿੱਚ ਕੌਣ ਵਧੀਆ ਹੈ ਕੌਣ ਘਟੀਆ ਦੇਖਦੇ ਹਾਂ ਸੋ ਇੰਡੀਆ ਹੈਡ ਥਰਡ ਵਰਸਟ ਹਾਈ ਕੁਆਲਿਟੀ ਏਅਰ ਕੁਆਲਿਟੀ ਸੋਰੀ ਸੋ ਬੁਰੀ ਬੇਕਾਰ ਜੇ ਆਪਾਂ ਗੱਲ ਕਰੀਏ ਏਅਰ ਦੀ ਸੋ ਥਰਡ ਏਅਰ ਕੁਆਲਿਟੀ ਹੈ ਜਿਹੜਾ ਉਹ ਆਉਂਦੀ ਹੈ 134ਵੇਂ ਨੰਬਰ ਤੋਂ ਤੀਜੇ ਨੰਬਰ 'ਚ ਸਭ ਤੋਂ ਭੈੜੀ ਹੈ ਠੀਕ ਹੈ ਇਸੇ ਅਗਰ ਗੱਲ ਕਰੀਏ ਇਹ ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਬਾਅਦ ਆਉਂਦੀ ਹੈ ਠੀਕ ਹੈ ਜੀ ਸੋ ਇਸ ਤੋਂ ਬਾਅਦ ਆ ਗਿਆ ਕਿਆ ਨਾਮ ਹੈ 54.5 ਬੰਗਲਾਦੇਸ਼ ਤੋਂ ਬਾਅਦ ਪਾਕਿਸਤਾਨ ਤੋਂ ਬਾਅਦ ਰਾਈਟ ਸੋ ਬਿਹਾਰ ਦੀ ਜੇ ਆਪਾਂ ਗੱਲ ਕਰੀਏ ਬੇਗੂਸਰਾਏ ਸੋ ਬੇਗੂਸਰਾਏ ਇੱਕ ਜਗ੍ਹਾ ਹੈ ਬਿਹਾਰ ਦੇ ਵਿੱਚ ਇਹਨੂੰ ਆਪਾਂ ਗੱਲ ਕਰ ਸਕਦੇ ਹਾਂ ਕਿ ਮੈਟਰੋਪੋਲੀਟਨ ਏਰੀਆ ਇਹ ਪੂਰੇ ਵਰਲਡ ਦਾ ਸਭ ਤੋਂ ਜ਼ਿਆਦਾ ਪੋਲਿਊਟਡ ਏਰੀਆ ਦਿੱਲੀ ਜਿਹੜੀ ਹੈ ਉਹਨੂੰ ਮੋਸਟ ਪੋਲਿਊਟਡ ਕੈਪੀਟਲ ਸਿਟੀ ਬੋਲਿਆ ਜਾਂਦਾ ਵਰਲਡ ਦੇ ਵਿੱਚ ਜੇ ਆਪਾਂ ਗੱਲ ਕਰੀਏ ਚੌਥੀ ਵਾਰ ਇਹ ਲਗਾਤਾਰ ਚੌਥੀ ਵਾਰ ਇਹ ਰਾਜਧਾਨੀ ਹੈ ਜਿਹੜੀ ਸ਼ਹਿਰ ਇਹਨੂੰ ਦਰਜਾ ਮਿਲਿਆ ਜੋ ਕਿ 2018 ਤੋਂ ਇਹੀ ਲੈ ਰਹੀ ਹੈ ਦਿੱਲੀ ਇਨ 2022 ਇੰਡੀਆ ਵਾਜ਼ ਰੈਂਕਡ ਐਜ਼ ਦ 8th ਮੋਸਟ ਪੋਲਿਊਟਡ ਕੰਟਰੀ ਇਨ ਦਾ ਵਰਲਡ ਸੋ 2022 ਦੇ ਅਕੋਰਡਿੰਗਲੀ ਇਹ 8ਵੇਂ ਨੰਬਰ ਤੇ ਆਉਂਦਾ ਇੰਡੀਆ ਵਾਜ਼ ਰੈਂਕਡ ਐਜ਼ ਦ 8th ਮੋਸਟ ਪੋਪੂਲੇਟਡ ਕੰਟਰੀ ਇਨ ਦਾ ਵਰਲਡ 8ਵੇਂ ਨੰਬਰ ਤੇ ਆ ਚੁੱਕਿਆ ਹੈ TM Krishna awarded prestigious Sangeeta Kalanidhi so TM Krishna ji nu Sangeeta Kalanidhi prestigious award jada hai wo mila TM Krishna ji nu Krishna de 40 year air de ne powerful voice hai social activities mein mene inna nu do kafi badhiya jagah to awarded bhi ne he te is to bina Sangeeta Kala Acharya awards bhi mile so music academy later the legendary this ਸ਼੍ਰੀਨਿਵਾਸਮ ਅਯਰ ਟੁਕ ਕ੍ਰਿਸ਼ਨਾ ਅੰਡਰ ਦ ਟੁਟਲੇਜ ਇੰਪ੍ਰੈਸਡ ਬਾਈ ਹਿਜ਼ ਟੈਲੈਂਟ ਠੀਕ ਹੈ ਸੋ ਇਹ ਇੰਪੋਰਟੈਂਟ ਨਿਊਜ਼ ਬਸ ਇਹਦੇ ਵਿੱਚੋਂ ਇਹੀ ਹੈ ਕਿ TM ਕ੍ਰਿਸ਼ਨਾ ਜੀ ਨੂੰ ਅਵਾਰਡ ਦਿੱਤਾ ਗਿਆ ਸੰਗੀਤਾ ਕਲਾਨਿਧੀ ਦਾ ਨੈਕਸਟ ਆ ਗਏ ਤੁਹਾਡੇ ਸਾਰਿਆਂ ਵਾਸਤੇ MCQ ਸੋ MCQ ਸਭ ਤੋਂ ਪਹਿਲਾਂ ਕਿਹੜਾ ਜੀ ਜੈਨੇਟਿਕ ਰੈਸਕਿਊ ਸੋ ਜੈਨੇਟਿਕ ਰੈਸਕਿਊ ਜਿਹੜਾ ਕਿ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗਾ ਜੋ ਕਿ ਟਾਈਗਰ ਪਾਪੂਲੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਜਾਂ ਕੰਜ਼ਰਵ ਕਰਨ ਵਾਸਤੇ ਸੀਗਾ ਇਹ ਕਿਹੜੇ ਨੈਸ਼ਨਲ ਪਾਰਕ ਦੇ ਵਿੱਚ ਇਹ ਕਰਿਆ ਗਿਆ ਠੀਕ ਹੈ ਇਹ ਪ੍ਰਸਤਾਵ ਕੀਤਾ ਗਿਆ ਤਾਂ ਆਪਸ਼ਨ ਦੇ ਵਿੱਚ ਰਣਥੰਬੋਰ ਨੈਸ਼ਨਲ ਪਾਰਕ ਬੰਸਦਾ ਨੈਸ਼ਨਲ ਪਾਰਕ ਮੁਕੁੰਦਰਾ ਨੈਸ਼ਨਲ ਪਾਰਕ ਜਾਂ ਫਿਰ ਚੰਦੋਲੀ ਨੈਸ਼ਨਲ ਪਾਰਕ ਸੋ ਆਂਸਰ ਏ ਰਣਥੰਬੋਰ ਨੈਸ਼ਨਲ ਪਾਰਕ ਜੋ ਕਿ ਰਾਜਸਥਾਨ ਦਾ ਇੱਕ ਨੈਸ਼ਨਲ ਪਾਰਕ ਹੈ ਉੱਥੇ ਇਸ ਚੀਜ਼ ਨੂੰ ਰੈਸਕਿਊ ਕੀਤਾ ਗਿਆ ਜੈਨੇਟਿਕ ਰੈਸਕਿਊ ਇਜ਼ ਪ੍ਰਪੋਜ਼ਡ ਟੂ ਕੰਜ਼ਰਵ ਦਾ this national parks tiger population by inducing new genetic variation through migration so through migration matlab ke ek jagah to dusri jagah tak vadhiya tarike de genetic jehdi migration kiti jaogi vadhiya level de tigers ne jehde oh lyande jaange ta kafi kuch dekhan nu mil sakda hai te so genetic rescue sega last de utte aa gaya world air quality report de vich recently jo news de vich sigi apa ajj hi gal kiti hai kide dwara ditti jandi hai organization dwara so world health organization de dwara swiss organization united nation environment program ya united nation development program so answer will be swiss organization IQA theek hai
ਨੈਕਸਟ ਆ ਗਿਆ ਜੀ ਤੁਹਾਡੇ ਸਾਰਿਆਂ ਲਈ ਕੁਐਸਚਨ ਲਾਸਟ ਦੇ ਉੱਤੇ। ਸੋ ਮਿਸ਼ਨ 414 ਕੈਂਪੇਨ ਜਿਹੜਾ ਉਹ ਚੱਲਿਆ ਹੁਣ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗਾ, ਇਹਨੂੰ ਕਿਸ ਸਟੇਟ ਦੇ ਵਿੱਚ ਲਾਂਚ ਕੀਤਾ ਗਿਆ? ਸੋ ਆਨਸਰ ਇਹਦਾ ਤੁਸੀਂ ਕਮੈਂਟ ਸੈਕਸ਼ਨ ਜ਼ਰੂਰ ਦੇਣਾ। 14 ਮਿਸ਼ਨ 414 ਮੁਹਿੰਮ ਹੈ ਜਿਹੜੀ ਉਹ ਹਾਲ ਹੀ ਵਿੱਚ ਖਬਰਾਂ ਵਿੱਚ ਦੇਖੀ ਗਈ ਸੀ, ਕਿਸ ਰਾਜ ਵਿੱਚ ਸ਼ੁਰੂ ਕੀਤੀ ਗਈ ਸੀ, ਇਹਦਾ ਆਨਸਰ ਤੁਸੀਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੇਣਾ। ਸੋ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ, ਅਗਰ ਵਧੀਆ ਲੱਗੀ ਹੈ ਵੀਡੀਓ ਤਾਂ ਪਲੀਜ਼ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਨਾਲ। ਸੋ ਥੈਂਕ ਯੂ ਸੋ ਮਚ ਅਗਰ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ, ਐਂਡ ਲਾਈਕ ਜੇ ਸ਼ੇਅਰ ਕਰਨਾ ਨਾ ਭੁੱਲਣਾ, ਅਤੇ ਜਿਹੜੇ ਪਹਿਲੀ ਵਾਰੀ ਚੈਨਲ 'ਤੇ ਆਏ ਨੇ ਪਲੀਜ਼ ਚੈਨਲ ਕਰ ਲਓ ਸਬਸਕ੍ਰਾਈਬ। ਥੈਂਕ ਯੂ ਸੋ ਮਚ ਗਾਇਸ।